हांवी हाजिरिन मुआज्ज़ज ਸਾਡਾ ਅਗਲਾ ਜਿਹੜੇ ਵਿਖਿਆਨ ਹੈਗੇ ਨੇ ਇਸ ਕਿਸਮ ਦੇ ਤੇ ਉਹਦੇ ਵਿੱਚ ਅਗਲਾ ਸਾਡਾ ਸਟੈਪ ਹੈਗਾ ਜਿਹੜਾ ਅਗਲੇ ਕੁਐਸਚਨ ਹੈਗੇ 200 ਤੱਕ ਅਸੀਂ ਤੁਹਾਨੂੰ ਦੇ ਚੁੱਕੇ ਹੈਗੇ ਆ ਤੋ ਉਸ ਤੋਂ ਅੱਗੇ ਅੱਜ ਅਸੀਂ ਜਿਹੜੇ ਹੈਗੇ ਨੇ ਉਹ ਦੱਸਾਂਗੇ ਤੁਹਾਨੂੰ ਪੰਜਾਬੀ ਹਿਸਟਰੀ ਔਰ ਪੰਜਾਬੀ ਲਿਟਰੇਚਰ ਦੇ ਸੰਦਰਭ ਦੇ ਵਿੱਚ ਤੋ ਆ ਸਾਡੇ ਕੋਲੇ ਕੁਐਸਚਨ ਹੈਗਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਕਿਸ ਜਿਹੜੀ ਹੈਗੀ ਹੈ ਕਿਸ ਰਚਨਾ ਵਿੱਚ ਮਿਲਦੀ ਹੈ ਉਹਨਾਂ ਦੀ ਆਟੋ ਬਾਇਓਗ੍ਰਾਫੀ ਜਿਹੜੀ ਹੈਗੀ ਆ ਸਾਡੇ ਕੋਲ 4 ਆਪਸ਼ਨਸ ਨੇ ਇੱਥੇ ਚੰਡੀ ਦੀ ਵਾਰ ਜਪ ਸਾਹਿਬ ਅਕਾਲ ਉਸਤਤ ਤੇ ਬਚਿੱਤਰਨਾਟਕ ਤੋਂ ਇਹਦੇ ਵਿੱਚ ਜਿਹੜੀ ਚੰਡੀ ਦੀ ਵਾਰ ਹੈਗੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰਕੰਡੇ ਪ੍ਰਾਣ ਦੇ ਵਿੱਚੋਂ ਦੁਰਗਾ ਸप्त ਸਤੀ ਦੇ ਪਾਠ ਨੂੰ ਜਿਹੜਾ ਪੰਜਾਬੀ ਰੂਪਾਂਤਰਨ ਕੀਤਾ ਹੈਗਾ ਜਪ ਸਾਹਿਬ ਉਹਨਾਂ ਦੀ ਇੱਕ ਵੱਖਰੀ ਅਲੱਗ ਤੋਂ ਬਾਣੀ ਹੈ ਸੁਤੰਤਰ ਬਾਣੀ ਹੈਗੀ ਆ ਤੋਂ ਅਕਾਲ ਉਸਤਤ ਵੀ ਵੱਖਰੀ ਬਾਣੀ ਦਸਮ ਗ੍ਰੰਥ ਦੇ ਵਿੱਚ ਮਿਲਦੀ ਹੈ ਤੋਂ ਜਿਹੜਾ ਬਚਿੱਤਰਨਾਟਕ ਹੈ ਇਹ ਉਹਨਾਂ ਦੀ ਆਟੋ ਬਾਇਓਗ੍ਰਾਫੀ ਹੈ ਇੱਥੇ ਸਾਡਾ ਜਿਹੜਾ ਆਨਸਰ ਹੋਏਗਾ ਉਹ ਆਏਗਾ ਜੀ ਡੀ ਬਚਿੱਤਰ ਨਾਟਕ ਹੈਗਾ ਚੰਡੀ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਤੇ ਦੋਰੇ ਦਰਜ ਹਨ ਸਾਡੇ ਕੋਲ ਇੱਥੇ ਚਾਰ ਆਪਸ਼ਨਸ ਨੇ 50 ਪੌੜੀਆਂ 5 ਦੋਰੇ ਇੱਕ 42 ਪੌੜੀਆਂ 3 ਦੋਰੇ 54 ਪੌੜੀਆਂ 10 ਆਪਣੀਆਂ 60 ਪੌੜੀਆਂ 10 ਦੋਰੇ ਜਾਂ 54 ਪੌੜੀਆਂ ਇੱਕ ਦੋਰਾ ਤੋਂ ਸਾਡਾ ਜਿਹੜਾ ਆਪਸ਼ਨ ਹੈ ਉਹ ਡੀ ਹੈਗਾ ਇਹਦੇ ਵਿੱਚ ਹੈ 54 ਪੌੜੀਆਂ ਤੇ ਇੱਕ ਦੋਰਾ ਹੈ ਜਜਾਵੰਤੀ ਰਾਗ ਦੀ ਵਰਤੋਂ ਕਿਸ ਗੁਰੂ ਸਾਹਿਬ ਨੇ ਕੀਤੀ ਹੈ ਇੱਥੇ ਚਾਰ ਆਪਸ਼ਨ ਨੇ ਸਾਡੇ ਕੋਲ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਇਹਨਾਂ ਵਿੱਚੋਂ ਗੁਰੂ ਅੰਗਦ ਦੇਵ ਜੀ ਨੇ ਰਾਗ ਰਹਿਤ ਬਾਣੀ ਲਿਖੀ ਹੈ ਕੇਵਲ ਸ਼ਲੋਕ ਲਿਖੇ ਨੇ ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਦੀ ਵਰਤੋਂ ਕੀਤੀ ਹੈ ਜਿਦੇ ਵਿੱਚ ਜਜਾਵੰਤੀ ਰਾਗ ਨਹੀਂ ਵਰਤਿਆ ਉਹਨਾਂ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ ਹੈ ਤੇ ਜਜਾਵੰਤੀ ਰਾਗ ਨੂੰ ਉਹਨਾਂ ਨੇ ਛੱਡਿਆ ਹੈਗਾ। ਤੋਂ ਸਾਡਾ ਸਹੀ ਆਨਸਰ ਜਿਹੜਾ ਹੈਗਾ ਉਹ ਏ ਆਏਗਾ। ਗੁਰੂ ਤੇਗ ਬਹਾਦਰ ਨੇ ਆਪਣੀ ਬਾਣੀ ਦੇ ਵਿੱਚ ਜਿਹੜਾ ਹੈਗਾ ਉਹ ਜਜਾਵੰਤੀ ਰਾਗ ਵਰਤਿਆ ਹੈਗਾ। ਕਿਸ ਭਗਤ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 61 ਸ਼ਬਦ ਹਨ ਇੱਥੇ ਸਾਡੇ ਕੋਲ অপਸ਼ਨਸ ਨੇ ਬਾਬਾ ਫਰੀਦ ਗੁਰੂ ਰਵਿਦਾਸ ਜੀ ਸੰਤ ਕਬੀਰ ਜੀ ਔਰ ਬਾਬਾ ਨਾਮਦੇਵ ਜੀ ਤੋਂ ਇੱਥੇ ਜਿਹੜਾ ਹੈਗਾ ਸਾਡਾ ਆਨਸਰ ਜਿਹੜਾ ਹੈਗਾ ਉਹ ਡੀ ਆਏਗਾ ਜੀ ਨਾਮਦੇਵ ਜੀ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਹਨ ਭਾਵ ਉਹਨਾਂ ਦੇ ਜਿਹੜੇ ਪੰਨੇ ਨੇ ਪੇਜ ਨੇ ਉਹ ਕਿੰਨੇ ਹਨ ਚਾਰ ਸਾਡੇ ਕੋਲੇ ਇੱਥੇ ਆਪਸ਼ਨਸ ਨੇ ਸਾਡਾ ਜਿਹੜਾ ਕਰੈਕਟ ਆਨਸਰ ਹੋਏਗਾ ਜੀ ਉਹ ਹੈਗਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਬਦ ਦਰਜ ਹਨ ਤੋਂ ਸਾਡੇ ਕੋਲੇ ਚਾਰ ਆਪਸ਼ਨ ਨੇ ਇੱਥੇ 119 ਨੇ 8 ਨੇ 123 ਨੇ ਜਾਂ ਫਿਰ 4 ਨੇ ਤੋ ਬਾਬਾ ਫਰੀਦ ਜੀ ਦੇ 112 ਸ਼ਲੋਕ ਨੇ 112 ਸ਼ਲੋਕਾਂ ਦੇ ਉੱਪਰ 18 ਸ਼ਲੋਕਾਂ ਦੇ ਵਿੱਚ ਗੁਰੂ ਸਹਿਬਾਨ ਨੇ ਵ੍ਰਿਤੀ ਲਿਖੀ ਹੈਗੀ ਆ ਬਾਬਾ ਫਰੀਦ ਦੇ ਸ਼ਲੋਕਾਂ ਦੇ ਉੱਪਰ ਜਿਹੜੀ ਟੋਟਲ ਗਿਣਤੀ 130 ਬਣ ਜਾਂਦੀ ਹੈ ਔਰ ਬਾਬਾ ਸਾਹਿਬ ਦੇ ਜਿਹੜੇ ਚਾਰ ਸ਼ਬਦ ਨੇ ਦੋ ਰਾਗ ਆਸਾ ਵਿੱਚ ਨੇ ਔਰ ਦੋ ਰਾਗ ਸੂਹੀ ਵਿੱਚ ਸ਼ਬਦ ਨੇ ਪ੍ਰਾਤਨ ਜਨਮ ਸਾਖੀ ਵਿੱਚ ਕਿੰਨੀਆਂ ਸਾਖੀਆਂ ਹਨ ਟੋਟਲ ਇਹਦੇ ਵਿੱਚ ਕਿੰਨੀਆਂ ਸਾਖੀਆਂ ਨੇ ਤੋ ਜਿਹੜਾ ਹੈਗਾ ਇਹਦਾ ਜਿਹੜਾ ਸਾਡਾ கரੈਕਟ ਆਨਸਰ ਹੈਗਾ ਉਹ ਹੈਗਾ ਡੀ ਇਹਦੇ ਵਿੱਚ 57 ਸਾਖੀਆਂ ਨੇ ਟੋਟਲ ਪ੍ਰਾਤਨ ਜਨਮ ਸਾਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਹਨ ਕਿੰਨੀਆਂ ਪੌੜੀਆਂ ਮਿਲਦੀਆਂ ਨੇ ਤੋ ਇੱਥੇ ਸਾਡਾ ਜਿਹੜਾ ਸਹੀ ਆਨਸਰ ਹੈਗਾ ਉਹ ਹੈਗਾ ਜੀ ਸਾਡਾ ਡੀ 38 ਪੌੜੀਆਂ ਨੇ ਜਪਜੀ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਵਾਰਾਂ ਕਿਸ ਗੁਰੂ ਸਾਹਿਬਾਨ ਦੀਆਂ ਨੇ ਹੁਣ ਇੱਥੇ ਅਸੀਂ ਥੋੜਾ ਜਿਹਾ ਦੇਖਣਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਵਾਰਾਂ ਕਿਹੜੇ ਗੁਰੂ ਸਾਹਿਬ ਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ 22 ਵਾਰਾਂ ਨੇ ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਦੀਆਂ 3 ਵਾਰਾਂ ਨੇ ਗੁਰੂ ਅਮਰਦਾਸ ਜੀ ਦੀਆਂ 4 ਨੇ ਗੁਰੂ ਰਾਮਦਾਸ ਜੀ ਦੀਆਂ 8 ਨੇ ਗੁਰੂ ਅਰਜਨ ਦੇਵ ਜੀ ਦੀਆਂ 6 ਨੇ ਤੇ ਇੱਕ ਵਾਰ ਜਿਹੜੀ ਹੈਗੀ ਆ ਉਹ ਡੂਮ ਕੀ ਵਾਰ ਹੈ ਡੂਮ ਕੀ ਵਾਰ ਸੱਤੇ ਬਲਵੰਡੇ ਦੀ ਵਾਰ ਟੋਟਲ ਵਾਰਾਂ ਜਿਹੜੀ ਗਿਣਤੀ ਹੈ ਜਿਹੜੀ ਉਹ 22 ਹੈਗੀ ਆ ਤੋਂ ਇੱਥੇ ਜਿਹੜੀਆਂ ਸਭ ਤੋਂ ਜ਼ਿਆਦਾ ਵਾਰਾਂ ਨੇ ਉਹ ਹੈਗੀਆਂ ਨੇ ਗੁਰੂ ਰਾਮਦਾਸ ਜੀ ਦੀਆਂ ਉਹਨਾਂ ਦੀਆਂ 8 ਵਾਰਾਂ ਨੇ ਟੋਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਸਾਦੀਵਾਰ ਵਿੱਚ ਕਿੰਨੀਆਂ ਪੌੜੀਆਂ ਤੇ ਕਿੰਨੇ ਸ਼ਲੋਕ ਹਨ ਕਰਮਵਾਰ ਅਸਾਦੀਵਾਰ ਦੀਆਂ ਕਿੰਨੀਆਂ ਪੌੜੀਆਂ ਨੇ ਔਰ ਕਿੰਨੇ ਸ਼ਲੋਕ ਨੇ ਤਾਂ ਜਿਹੜਾ ਇਹਦਾ ਆਨਸਰ ਹੈਗਾ 24 ਪੌੜੀਆਂ 59 ਸ਼ਲੋਕ ਨੇ ਅਸਾਦੀਵਾਰ ਦੇ ਵਿੱਚ ਸਿਰਫੀਕਨ ਦਾ ਆਧਾਰ ਕਿੰਨੇ ਅੱਖਰ ਹੁੰਦੇ ਨੇ ਸਿਰਫੀਦਾ ਆਧਾਰ ਜਿਹੜਾ ਉਹ 30 ਅੱਖਰ ਹੁੰਦੇ ਭਾਈ ਵੀਰ ਸਿੰਘ ਦੀ ਕਵਿਤਾ ਦਾ ਰਸ ਸੁਆਦ ਹੈਗਾ ਇਹਨਾਂ ਵਿੱਚੋਂ ਕਿਹੜਾ ਰਸ ਸੁਆਦ ਹੈ ਤਾਂ ਇੱਥੇ ਆਏਗਾ ਜੀ ਗੁਰਮਤ ਰਸ ਸੁਆਦ ਹੈਗਾ ਉਹਨਾਂ ਦਾ 바ਵਾ ਬਲਵੰਤ ਕਵੀ ਹੈ ਬੌਧਿਕ ਰਸਵਾਦੀ ਪੂਰਨ ਰਸਵਾਦੀ ਮਾਨਸਿਕ ਰਸਵਾਦੀ ਜਾਂ ਫਿਰ ਸਾਰੇ ਠੀਕ ਨੇ ਇਹਦੇ ਵਿੱਚ ਜਿਹੜਾ ਆਏਗਾ ਇਹਦੇ ਵਿੱਚ ਹੋਏਗਾ ਉਹ ਬੌਧਿਕ ਰਸਵਾਦੀ ਕਵੀ ਹੈਗਾ ਜਿਹੜਾ ਬਾਬਾ ਬਲਵੰਤ ਹੈ 1998 ਵਿੱਚ ਆਧੁਨਿਕ ਪੰਜਾਬੀ ਸਾਹਿਤ ਦੀ ਕੇਸ ਵਿਦਾ ਦੇ 100 ਬਰੇ ਪੂਰੇ ਹੋਏ ਚਾਰ ਆਪਸ਼ਨ ਨੇ ਇਹਦੇ ਵਿੱਚ ਹੈਗਾ ਸਾਡਾ ਨਾਵਲ ਨਾਵਲ ਦਾ 100 ਸਾਲ ਪੂਰਾ ਹੋਇਆ ਅੱਜ ਕੱਲ ਅੱਜ ਤੇ ਭਲਕਨਾਟਕ ਕਿਸ ਦਾ ਹੈਗਾ ਇਹਦੇ ਵਿੱਚ ਤਿੰਨ ਸਾਡੇ ਕੋਲੇ ਚਾਰ ਆਪਸ਼ਨਸ ਨੇ ਹਰਪਾ ਜਨਨ ਸਿੰਘ ਕਪੂਰ ਸਿੰਘ ਹਰਚਰਨ ਸਿੰਘ ਤੇ ਹਰਸ਼ਰਨ ਸਿੰਘ ਇਹਦੇ ਵਿੱਚ ਸੀ ਹੈਗਾ ਜੀ ਹਰਚਰਨ ਸਿੰਘ ਦਾ ਹੈਗਾ ਸਹਿਦ ਦੇ ਸਕੰਦਰ ਰਚਨਾ ਦਾ ਜਿਹੜਾ ਹੈਗਾ ਉਹ ਕੀ ਕਿਸ ਦਾ ਰੂਪ ਹੈ ਸਹਿਦ ਦੇ ਸਕੰਦਰ ਕੀ ਹੈ ਉਹ ਹੈਗਾ ਹਰੇਖਾ ਚਿੱਤਰ ਹੈਗਾ ਨਕਸਲਵਾਦੀ ਲਹਿਰ ਦੇ ਬੀਜ ਕਿਸ ਕਾਵ ਧਾਰਾ ਵਿੱਚ ਮੌਜੂਦ ਸਨ ਪ੍ਰਯੋਗਵਾਦੀ ਪ੍ਰਕਿਰਤੀਵਾਦੀ ਪ੍ਰਗਤੀਵਾਦੀ ਜਾਂ ਰੋਮਾਂਟਿਕ ਇਹਦੇ ਵਿੱਚੋਂ ਸਾਡਾ ਆਨਸਰ ਆਏਗਾ ਜੀ ਪ੍ਰਕਤੀਵਾਦੀ ਚਾਰਤਾਰਾ ਦੇ ਵਿੱਚ ਪੰਜਾਬੀ ਕਵਿਤਾ ਵਿੱਚ ਨਕਸਲਵਾਦੀ ਦੌਰ ਕਦੋਂ ਜਿਹੜਾ ਚੱਲਿਆ ਹੈਗਾ ਕਦੋਂ ਤੋਂ ਕਦੋਂ ਤੱਕ ਚੱਲਿਆ ਹੈਗਾ ਉਹ ਚੱਲਿਆ ਹੈਗਾ ਜੀ ਨਕਸਲਵਾਦੀ ਦੌਰ 1970 ਤੋਂ 1980 ਤੱਕ ਪੰਜਾਬੀ ਕਾਵਿ ਖੇਤਰ ਵਿੱਚ ਪ੍ਰਯੋਗਵਾਦ ਦੀ ਜਿਹੜੀ ਲਹਿਰ ਆਈ ਹੈਗੀ ਆ ਇਹ ਕਦੋਂ ਆਈ ਹੈ? ਤਾਂ ਇਹਦਾ ਜਿਹੜਾ ਆਨਸਰ ਹੈਗਾ 1970 ਤੋਂ ਬਾਅਦ ਆਈ ਹੈਗੀ ਆ। ਪੰਜਾਬੀ ਦਾ ਕਿਹੜਾ ਕਵੀ ਪ੍ਰਯੋਗਸ਼ੀਲ ਪ੍ਰਯੋਗਸ਼ੀਲ ਕਵੀ ਅਸਤਿਤਵਵਾਦੀ ਚਿੰਤਨ ਵੱਲ ਮੁੜਿਆ ਹੈਗਾ? ਤਾਂ ਇਹ ਹੈਗਾ ਜੀ ਡਾਕਟਰ ਤਾਰਾ ਸਿੰਘ। ਪੰਜਾਬੀ ਸਾਹਿਤ ਦਾ ਕਿਹੜਾ ਨਾਵਲ ਜਿਹੜਾ ਆਲੋਚਨਾਤਮਕ யਥਾਰਤਵਾਦੀ ਪ੍ਰਕਿਰਤੀ ਦਾ ਹੈ ਕੋਠੇ ਖੜਕ ਸਿੰਘ ਸਵਾਰੀ ਅ ਨਸੂਰ ਜਾਂ ਟਾਪੂ ਇਹ ਹੈਗਾ ਕੋਠੇ ਖੜਕ ਸਿੰਘ ਪੰਜਾਬੀ ਕਹਾਣੀ ਖੇਤਰ ਦਾ ਕਿਹੜਾ ਕਹਾਣੀਕਾਰ ਮਨੋਵਿਗਿਆਨੀ யਥਾਰਤਵਾਦ ਨਾਲ ਸੰਬੰਧਿਤ ਹੈ ਇਹ ਹੈਗਾ ਦੁੱਗਲ ਕਰਤਾਰ ਸਿੰਘ ਦੁੱਗਲ யਥਾਰਤਵਾਦ ਕੀ ਹੈਗਾ ਇਹਨਾਂ ਵਿੱਚੋਂ ਕੀ ਚੀਜ਼ ਹੈ யਥਾਰਤਵਾਦ ਇੱਕ ਦ੍ਰਿਸ਼ਟੀਕੋਣ ਹੈ ਉੱਤਰ ਯਥਾਰਥਵਾਦੀ ਨਾਵਲਕਾਰ ਕਿਹੜਾ ਹੈਗਾ ਉੱਤਰ ਯਥਾਰਥਵਾਦੀ ਨਾਵਲਕਾਰ ਹੈਗਾ ਇਹ ਨਰੰਜਨ ਤਸਨੀਮ ਮੇਰਾ ਵਿਲਾਇਤੀ ਸਫਰਨਾਮਾ ਕਿਸ ਲੇਖਕ ਦੀ ਰਚਨਾ ਹੈ ਇਹਦੇ ਚ ਚਾਰ ਆਪਸ਼ਨਸ ਨੇ ਸਾਡੇ ਕੋਲ ਇਹ ਹੈਗਾ ਲਾਲ ਸਿੰਘ ਦੀ ਰਚਨਾ ਹੈ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਹੈਗੀ ਆ ਨੈਕਸਟ ਹੈਗਾ ਢੋਣੀ ਦੀ ਅਗ ਨਾਟਕ ਦਾ ਰਚਨਹਾਰ ਕਾਰਕਾਣ ਹੈ ਚਾਰ ਆਪਸ਼ਨਸ ਨੇ ਸਾਡੇ ਕੋਲ ਇੱਥੇ ਹੈਗਾ ਜੀ ਬਲਵੰਤ ਗਾਰਗੀ ਦਾ ਰਚਨਹਾਰ ਹੈ ਰਾਜਾ ਲਖਦਾਤਾ ਸਿੰਘ ਕਿਸ ਦੀ ਰਚਨਾ ਹੈ ਚਾਰ ਆਪਸ਼ਨਸ ਨੇ ਸਾਡੇ ਕੋਲ ਇਹ ਹੈਗਾ ਰਚਨਾ ਕੀ ਹੈਗੀ ਆ ਤੋ ਇਹ ਇੱਕ ਨਾਟਕ ਹੈਗਾ ਭਾਈ ਵੀਰ ਸਿੰਘ ਦਾ ਨਾਟਕ ਹੈ ਰਾਜਾ ਲਖਦਾਤਾ ਸਿੰਘ ਕਿਹੜੀ ਰਚਨਾ ਸਫਰਨਾਮਾ ਨਹੀਂ ਹੈ ਇਹਨਾਂ ਦੇ ਵਿੱਚੋਂ ਇਹ ਚਾਰ ਸਫਰਨਾਮੇ ਇਹਨਾਂ ਨੇ ਲਿਖੇ ਹੋਏਗੇ ਨੇ ਚਾਰ ਆਪਸ਼ਨਸ ਨੇ ਸਾਡੇ ਕੋਲ ਤੋ ਸਹੀ ਜਿਹੜਾ ਹੈਗੀ ਆ ਉਹ ਸੀ ਹੈਗਾ ਚਟਾਲਾ ਉਹ ਨਾਨਕ ਸਿੰਘ ਦਾ ਨਾਵਲ ਹੈ ਲੋਹਾਕਟਾ ਨਾਟਕ ਦਾ ਲੇਖਕ ਕੌਣ ਹੈ ਇੱਥੇ ਚਾਰ ਆਪਸ਼ਨਸ ਨੇ ਆਈਸੀ ਨੰਦਾ ਹਰਚਰਨ ਸਿੰਘ ਗਾਰਗੀ ਜਾਂ ਕਪੂਰ ਸਿੰਘ ਕੋਮਣ ਤੋ ਸਾਡਾ ਆਨਸਰ ਹੈਗਾ ਜੀ ਜਿਹੜਾ ਇੱਥੇ ਸੀ ਹੋਏਗਾ ਬਲਵੰਤ ਗਾਰਗੀ ਹੈ ਕਥਾ ਕਹੋ ਔਰਵਸ਼ੀ ਦੀ ਲੇਖਕਾ ਹੈ ਇੱਥੇ ਚਾਰ ਔਰਤਾਂ ਲੇਖਕ ਨੇ ਇੱਥੇ ਤੋ ਸਾਡਾ ਜਿਹੜਾ ਆਨਸਰ ਹੈਗਾ ਦਲੀਪ ਕੌਰ ਟਿਵਾਣਾ ਹੈ ਉਹਨਾਂ ਦੀ ਕਿਤਾਬ ਹੈ ਨਾਵਲ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਸਵੈ ਜੀਵਨੀ ਕਿੰਨੇ ਭਾਗਾਂ ਵਿੱਚ ਛਪੀ ਹੈ ਸੀ ਤਿੰਨ ਭਾਗਾਂ ਵਿੱਚ ਸਿੱਖ ਰਾਜ ਦੀ ਵਿਥਿਆ ਦਾ ਕਰਤਾ ਹੈ ਚਾਰ ਨੇ ਸਾਡੇ ਕੋਲ ਇੱਥੇ অপਸ਼ਨ ਸਹੀ ਸਾਡਾ ਆਨਸਰ ਹੈਗਾ ਜੀ ਸੀ ਸਰਦਾਰ ਆਰਾਮ ਫਲੋਰੀ ਰਿਪਬਲਿਕ ਦਾ ਪੰਜਾਬੀ ਵਿੱਚ ਪਹਿਲਾ ਅਨਵਾਦ ਕਿਸ ਨੇ ਕੀਤਾ ਇੱਥੇ ਚਾਰ ਆਪਸ਼ਨਸ ਨੇ ਸਾਡੇ ਕੋਲ ਏ ਦਾ ਸਹੀ ਆਨਸਰ ਹੈਗਾ ਜੀ ਗੁਰਚਰਨ ਸਿੰਘ ਅਰਸ਼ੀ ਨੇ ਜਿਹੜੀ ਰਿਪਬਲਿਕ ਹੈਗੀ ਆ ਇਹ ਇਹ ਪਲੇਟੋ ਦੀ ਕਿਤਾਬ ਹੈ ਆਇਓਨਟ ਰਿਪਬਬਲਿਕ ਇਹ ਪੱਛਮੀ ਜਿਹੜੇ ਹੈਗੇ ਨੇ ਚਿੰਤਕ ਹੈਗੇ ਨੇ ਪੱਛਮੀ ਕਾਵਿ ਸ਼ਾਸਤਰੀ ਨੇ ਜਿਹੜਾ ਪਲਾਟੋ ਹੈ ਉਹ ਅਰਸਤੂ ਦਾ ਗੁਰੂ ਹੈ ਔਰ ਸ਼ੁਕਰਾਤ ਦਾ ਦਾ ਸਟੂਡੈਂਟ ਹੈਗਾ ਉਹਦੀ ਕਿਤਾਬ ਹੈ ਰਿਪਬਬਲਿਕ ਉਹਦਾ ਅਨਵਾਦ ਅਰਸ਼ੀ ਨੇ ਕੀਤਾ ਹੈ ਕਾਵਿ ਸ਼ਾਸਤਰ ਦਾ ਖੇਤਰ ਹੈ ਨਿਮਨ ਨਿਧਾਰਨ ਸਹਿਤ ਵਿਆਖਿਆ ਅਰਥ ਵਿਗਿਆਨ ਜਾਂ ਸ਼ੈਲੀ ਵਿਗਿਆਨ ਇੱਥੇ ਸਾਡਾ ਜਿਹੜਾ ਆਨਸਰ ਆਏਗਾ ਜੀ ਨਿਯਮਾਂ ਨੂੰ ਨਿਰਧਾਰਿਤ ਕਰਨਾ ਖੇਤਰ ਹੈਗਾ ਕਾਵਿ ਸ਼ਾਸਤਰ ਦਾ ਜੋਤਰੂ ਦਾ ਨਾਵਲ ਦਾ ਲੇਖਕ ਕੌਣ ਹੈ ਚਾਰ ਆਪਸ਼ਨਸ ਨੇ ਸਾਡੇ ਕੋਲ ਇਹਦੇ ਲੇਖਕ ਦਾ ਅਜੇ ਤੱਕ ਪਤਾ ਨਹੀਂ ਹੈਗਾ ਜੀ ਇਹ ਕਿਸ ਦਾ ਲੇਖਕ ਹੈ ਇਹਦਾ ਨਾਵਲ ਕਿਹਦਾ ਹੈਗਾ ਇਸ ਕਰਕੇ ਸਾਡਾ ਜਿਹੜਾ ਆਪਸ਼ਨ ਆਏਗਾ ਜੀ ਉਹ ਡੀ ਆਏਗਾ ਗਿਆਨ ਪੀਠ 2000 ਕਿਸ ਨੂੰ ਮਿਲਿਆ ਇਹਨਾਂ ਦੇ ਵਿੱਚੋਂ ਸਾਡੇ ਕੋਲ ਇੱਥੇ ਆਪਸ਼ਨਸ ਨੇ ਇਹਦਾ ਜਿਹੜਾ ਸਹੀ ਆਨਸਰ ਆਏਗਾ ਜੀ ਗੁਰਦਿਆਲ ਸਿੰਘ ਨੂੰ ਦੋਵਾਂ ਨੂੰ ਹੁਣ ਤੱਕ ਗਿਆਨ ਪੀਠ ਅਵਾਰਡ ਮਿਲਿਆ ਅਮਰਤਾ ਪ੍ਰੀਤਮ ਨੂੰ ਔਰ ਗੁਰਦਿਆਲ ਸਿੰਘ ਨੂੰ ਔਰ ਹਰਪਜਨ ਸਿੰਘ ਨੂੰ ਸਰਸਵਤੀ ਪੁਰਸਕਾਰ ਮਿਲਿਆ ਹੈਗਾ ਹਾਂਜੀ ਅੱਗੇ ਹੈਗਾ ਜੀਣਾ ਵੀ ਇੱਕ ਅਦਾ ਇਹ ਕੀ ਸਹਿਤ ਦੇ ਕਿਹੜੇ ਰੂਪ ਦੀ ਵਿਦਾ ਹੈਗੀ ਆ ਚਾਰ ਆਪਸ਼ਨਸ ਨੇ ਇਹਦਾ ਜਿਹੜਾ ਆਨਸਰ ਹੈਗਾ ਜੀ ਉਹ ਸਵੈ ਜੀਵਨੀ ਹੈ ਇੱਕ ਸਵੈ ਜੀਵਨੀ ਹੈ ਪ੍ਰਭ ਜੋਤ ਕੌਰ ਦੀ ਦੇਸ਼ਵੰਡ ਨਾਲ ਸੰਬੰਧਿਤ ਨਾਵਲ ਹੈ ਮੜੀ ਦਾ ਦੀਵਾ ਦੁਆਬਾ ਤਫਤੀਸ਼ ਤੂਤਾਂ ਵਾਲਾ ਖੂ ਤਾਂ ਇਹ ਹੈਗਾ ਇੱਕ ਤੂਤਾਂ ਵਾਲਾ ਖੂ ਨਾਵਲ ਹੈ ਸੋਹਣ ਸਿੰਘ ਸੀਤਲ ਦਾ ਨਾਦਬਿੰਦ ਦਾ ਕਰਤਾ ਹੈ ਨਾਦਬਿੰਦ ਨਾਵਲ ਹੈ ਇਹਦਾ ਜਿਹੜਾ ਕਰਤਾ ਕੌਣ ਹੈਗਾ ਇਹ ਚਾਰ ਆਪਸ਼ਨਸ ਨੇ ਸਾਡੇ ਕੋਲ ਇਹ ਹੈ ਬੀ ਜੁਗਿੰਦਰ ਸਿੰਘ ਕੈਰੋਂ ਵਾਰਤਕ ਹੁੰਦੀ ਹੈ ਭਾਵਕਤਾ ਤੇ ਜਜ਼ਬਾਤਾਂ ਦੀ ਭਾਸ਼ਾ ਬੁੱਧੀ ਤੇ ਕਲਪਨਾ ਦੀ ਭਾਸ਼ਾ ਤਰਕ ਤੇ ਦਲੀਲ ਦੀ ਭਾਸ਼ਾ ਇਹਦੇ ਵਿੱਚੋਂ ਕੋਈ ਵੀ ਨਹੀਂ ਇਦਾ ਆਨਸਰ ਆਏਗਾ ਜੀ ਸੀ ਤਰਕ ਤੇ ਦਲੀਲ ਦੀ ਭਾਸ਼ਾ ਨੂੰ ਵਾਰਤਕ ਆਖਿਆ ਜਾਂਦਾ ਹੈਗਾ ਕਬੀਰ ਸਨਮਾਨ ਤੇ ਸਰਸਵਤੀ ਸਨਮਾਨ ਕਿਸ ਨੂੰ ਮਿਲਿਆ ਹੈ ਚਾਰ ਆਪਸ਼ਨਸ ਨੇ ਇੱਥੇ ਸਾਡੇ ਕੋਲ ਸਾਡਾ ਆਨਸਰ ਹੈਗਾ ਜੀ ਇੱਥੇ ਡੀ ਆਨਸਰ ਡਾਕਟਰ ਹਰਪਜਨ ਸਿੰਘ ਦਿੱਲੀ ਯੂਨੀਵਰਸਿਟੀ ਵਾਲਿਆਂ ਨੂੰ ਇਹ ਅਵਾਰਡ ਮਿਲਿਆ ਹੈਗਾ ਕਿਹੜਾ ਨਾਟਕਕਾਰ ਪਿੰਡੂ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦਾ ਹੈ ਚਾਰ ਆਪਸ਼ਨ ਨੇ ਸਾਡੇ ਕੋਲ ਇੱਥੇ ਇਹਦੇ ਵਿੱਚ ਸਾਡਾ ਸਹੀ ਆਪਸ਼ਨ ਹੈਗਾ ਜੀ ਅਜਮੇਰ ਔਲਖ ਪ੍ਰੈਸਰ ਅਜਮੇਰ ਔਲਖ ਪਿੰਡੂ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੇ ਹੈਗੇ ਨੇ ਆਂਚਲਿਕ ਨਾਵਲਕਾਰ ਇਹਨਾਂ ਵਿੱਚੋਂ ਕਿਹੜਾ ਹੈਗਾ ਜਿਦੇ ਨਾਵਲਾਂ ਦੇ ਵਿੱਚ ਆਂਚਲਿਕਤਾ ਹੈਗੀ ਆ ਆਂਚਲਿਕਤਾ ਦਾ ਅਰਥ ਹੁੰਦਾ ਹੈ ਕਿਸੇ ਵਿਸ਼ੇਸ਼ ਭੂ-ਭਾਗ ਦੀ ਬਿਵਿੰਜਨਾ ਕਰਨਾ ਕਿਸੇ ਵਿਸ਼ੇਸ਼ ਖਿੱਤੇ ਦੀ ਬੋਲੀ ਦੇ ਆਧਾਰ ਦੇ ਉੱਪਰ ਨਾਵਲ ਲਿਖਣਾ ਕਿਸੇ ਉਪਭਾਸ਼ਾ ਨੂੰ ਆਧਾਰ ਬਣਾ ਕੇ ਨਾਵਲ ਲਿਖਣਾ ਉਹਨੂੰ ਆਂਚਲਿਕਤਾ ਕਿਹਾ ਜਾਂਦਾ ਜਿਸ ਵਿੱਚ ਕਿਸੇ ਇਲਾਕੇਈ ਬਨਗੀ ਨੂੰ ਪੇਸ਼ ਕੀਤਾ ਜਾਂਦਾ ਹੈਗਾ ਤੋ ਇਹਦਾ ਜਿਹੜਾ ਆਨਸਰ ਸਾਡਾ ਆਏਗਾ ਜੀ ਬੀ ਕਰਮਜੀਤ ਕੁੱਸਾ ਹੈਗਾ ਜਿਹੜਾ ਸਾਂਤ ਸਿੰਘ ਸੇਖੋਂ ਦਾ ਪਲੇਠਾ ਇਕਾਂਗੀ ਜਿਸ ਨੂੰ ਪਹਿਲਾਂ ਅੰਗਰੇਜ਼ੀ ਵਿੱਚ ਤੇ ਫਿਰ ਪੰਜਾਬੀ ਰੂਪ ਦਿੱਤਾ ਗਿਆ ਉਹ ਕਿਹੜਾ ਹੈਗਾ ਇੱਥੇ ਸਾਡੇ ਕੋਲ ਚਾਰ ਆਪਸ਼ਨ ਨੇ ਇਹਦਾ ਜਿਹੜਾ ਸਹੀ ਆਨਸਰ ਹੈਗਾ ਉਹ ਹੈ ਸੀ ਮਹਾਤਮਾ ਉਹਨਾਂ ਦਾ ਇਕਾਂਗੀ ਹੈ ਹਰਚਰਨ ਸਿੰਘ ਨੇ ਪਹਿਲਾ ਇਕਾਂਗੀ ਜਿਹੜਾ ਹੈਗਾ ਉਹ ਕਦੋਂ ਲਿਖਿਆ ਹੈ ਇੱਥੇ ਚਾਰ ਆਪਸ਼ਨ ਨੇ ਸਾਡੇ ਕੋਲ ਸਹੀ ਆਨਸਰ ਹੈਗਾ ਸੀ 1936 ਦੇ ਵਿੱਚ ਉਹਨਾਂ ਨੇ ਪਹਿਲੀ ਕਾਂਗੀ ਲਿਖੀ ਹੈਗੀ ਆ 10020 ਵਰੇ ਬਾਅਦ ਤੇ ਪੋਠੋਹਾਰਨ ਕਿਸ ਦੇ ਕਾਂਗੀ ਨੇ ਇਹਦੇ ਵਿੱਚ ਸਾਡੇ ਕੋਲ ਚਾਰ ਆਪਸ਼ਨ ਨੇ ਸਾਡਾ ਸਹੀ ਆਨਸਰ ਆਏਗਾ ਜੀ ਬੀ ਕਰਤਾਰ ਸਿੰਘ ਦੁੱਗਲ ਦੀਆਂ ਕਾਂਗੀਆਂ ਨੇ ਇਹ ਬਿਰਖ ਅਰਜ ਕਰੇ ਦਾ ਕਰਤਾ ਕੌਣ ਹੈ ਇੱਕ ਹਫਤਾ ਕਵ ਸੰਗ੍ਰਹਿ ਹੈਗਾ ਜਿਹੜਾ ਜਾਂ ਇਹ ਜਿਹੜੀ ਕਵਤਾ ਹੈਗੀ ਹੈ ਕਿਸ ਦੀ ਹੈਗੀ ਆ ਤਾਂ ਇੱਥੇ ਚਾਰ ਆਪਸ਼ਨ ਨੇ ਸਾਡਾ ਸਹੀ ਆਨਸਰ ਆਏਗਾ ਜੀ ਏ ਏ surjit patar ਦੀ ਕਵਿਤਾ ਹੈ ਤਕੀਏ ਦਾ ਪੀਰ ਦਾ ਲੇਖਕ ਹੈ ਤਕੀਏ ਦਾ ਪੀਰ ਦਾ ਲੇਖਕ ਹੈਗਾ ਇੱਥੇ ਸਾਡੇ ਕੋਲ ਚਾਰ ਆਪਸ਼ਨ ਨੇ ਤਾਂ ਸਹੀ ਸਾਡਾ ਆਨਸਰ ਜਿਹੜਾ ਹੈਗਾ ਉਹ ਹੈ ਅਜੀਤ ਕੌਰ ਅਜੀਤ ਕੌਰ ਦੀ ਰਚਨਾ ਹੈ ਇਹ ਸਭ ਤੋਂ ਪਹਿਲਾ ਸਰਸਵਤੀ ਇਨਾਮ ਪ੍ਰਾਪਤ ਹੋਇਆ ਤੋਂ ਇੱਥੇ ਸਾਡੇ ਕੋਲੇ ਆਨਸਰ ਨੇ ਜਿਹੜੇ ਇਹਦੇ ਵਿੱਚ ਬੀ ਆਏਗਾ ਜੀ ਹਰਪਜਨ ਸਿੰਘ ਨੂੰ ਸਰਸਵਤੀ ਇਨਾਮ ਪ੍ਰਾਪਤ ਹੋਇਆ ਹੈ। ਪ੍ਰਯੋਗਵਾਦ ਦਾ ਮੁੱਖ ਪ੍ਰਵਕਤਾ ਹੈ ਚਾਰ ਆਪਸ਼ਨਸ ਨੇ। ਤੋਂ ਇੱਥੇ ਅਸੀਂ ਜਿਹੜਾ ਸੀ ਲਗਾਵਾਂਗੇ ਡਾਕਟਰ ਜਸਵੀਰ ਸਿੰਘ ਆਲੂਵਾਲੀਆ ਹੈ। ਅਗਲਾ ਸਾਡਾ ਹੈਗਾ ਪੰਜਾਬੀ ਦਾ ਜਿਹੜਾ ਪਹਿਲਾ ਨਾਵਲ ਹੈ ਇਹ ਕਿਹੜਾ ਹੈ? ਤੋਂ ਇੱਥੇ ਸਾਡਾ ਆਨਸਰ ਆਏਗਾ ਜੀ ਬੀ ਮਸੀਹੀ ਮੁਸਾਫਰ ਦੀ ਯਾਤਰਾ ਇਹ ਪਹਿਲਾ ਨਾਵਲ ਹੈ ਪੰਜਾਬੀ ਦਾ ਮਾਰਕਸਵਾਦੀ ਜਾਂ ਪ੍ਰਗਤੀਵਾਦੀ ਧਾਰਾ ਦਾ ਪ੍ਰਸਿੱਧ ਆਲੋਚਕ ਹੈ ਇਹਦੇ ਵਿੱਚ ਸਾਡੇ ਕੋਲ ਚਾਰ ਆਪਸ਼ਨਸ ਨੇ ਇੱਥੇ ਜਿਹੜਾ ਹੈਗਾ ਉਹ ਸਹੀ ਆਏਗਾ ਸਾਡਾ ਆਨਸਰ ਡੀ ਸੰਤ ਸਿੰਘ ਸੇਖੋਂ ਵਾਰਤਕ ਰਚਨਾ ਵਿੱਚ ਕਿਹੜੇ ਤੱਤ ਦੀ ਪ੍ਰਧਾਨਤਾ ਹੁੰਦੀ ਹੈ ਕਲਪਨਾ ਦੀ ਬੁੱਧੀ ਦੀ ਸੰਗੀਤ ਦੀ ਜਾਂ ਭਾਵਨਾ ਦੀ ਇੱਥੇ ਸਾਡਾ ਆਏਗਾ ਬੀ ਇਹਦੇ ਵਿੱਚ ਬੁੱਧੀ ਦੀ ਪ੍ਰਧਾਨਤਾ ਹੁੰਦੀ ਹੈਗੀ ਆ ਮੇਰੀਆਂ ਉਪੁੱਲਜਾਦਾ ਰਚਨਾ ਦਾ ਵਿਦਾ ਦਾ ਕਿਹੜੀ ਵਿਦਾ ਨਾਲ ਸੰਬੰਧ ਰੱਖਦੀ ਹੈਗੀ ਆ ਚਾਰ ਆਪਸ਼ਨਸ ਨੇ ਇੱਥੇ ਸਾਡੇ ਕੋਲ ਇਹਦਾ ਜਿਹੜਾ ਆਨਸਰ ਹੈਗਾ ਜੀ ਸੰਸਮਰਨ ਦੇ ਨਾਲ ਇਸਦਾ ਸੰਬੰਧ ਹੈਗਾ ਇਹਨਾਂ ਵਿੱਚੋਂ ਕਿਹੜਾ ਜਿਹੜਾ ਨਾਵਲ ਆਂਚਲਿਕ ਹੈ ਚਾਰ ਆਪਸ਼ਨਜ਼ ਨੇ ਆਂਚਲਿਕਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਂਚਲਿਕਤਾ ਦਾ ਸਬੰਧ ਹੁੰਦਾ ਕਿਸੇ ਵਿਸ਼ੇਸ਼ ਭੂ-ਭਾਗ ਦੇ ਨਾਲ ਸੰਬੰਧਿਤ ਨਾਵਲ ਹੁੰਦੇ ਨੇ ਜਿਹੜੇ ਉਹਨਾਂ ਨੂੰ ਆਂਚਲਿਕ ਨਾਵਲ ਕਿਹਾ ਜਾਂਦਾ ਹੈਗਾ। ਤੋਂ ਇੱਥੇ ਜਿਹੜਾ ਸਾਡਾ ਹੈਗਾ ਇਹ ਹੈ ਗੁਰਦਿਆਲ ਸਿੰਘ ਦਾ ਨਾਵਲ ਮੜੀ ਦਾ ਦੀਵਾ। ਇਹ ਆਂਚਲਿਕਤਾ ਦੇ ਨਾਲ ਸਬੰਧ ਰੱਖਦਾ ਹੈ ਮਲਵਈ ਆਂਚਲਿਕਤਾ ਦੇ ਨਾਲ ਮਲਵਈ ਜਨ ਜੀਵਨ ਦੇ ਨਾਲ ਇਸ ਦਾ ਸਬੰਧ ਹੈਗਾ ਵਾ। ਬੌਧਿਕ ਰਸਵਾਦ ਨਾਲ ਜਿਹੜਾ ਜੁੜਿਆ ਕਿਹੜਾ ਕਵੀ ਹੈ ਜੋ ਬૌਧਿਕ ਰਸਵਾਦ ਨਾਲ ਇਹਨਾਂ ਜੁੜਿਆ ਹੋਇਆ ਹੈਗਾ ਚਾਰ ਆਪਸ਼ਨਸ ਨੇ ਸਾਡੇ ਕੋਲ ਤੋਂ ਇਹਦੇ ਵਿੱਚ ਸਾਡਾ ਆਨਸਰ ਹੋਏਗਾ ਜੀ ਪ੍ਰੋਫੈਸਰ ਪੂਰਨ ਸਿੰਘ ਹੈਗੇ ਨੇ ਜਿਹੜੇ ਉਹ ਬૌਧਿਕ ਰਸਵਾ ਪੂਰਨ ਸਿੰਘ ਨਹੀਂ ਹੈਗੇ ਸੌਰੀ ਪ੍ਰੋਫੈਸਰ ਪ੍ਰੀਤ ਜਸਟਿਸ ਪ੍ਰੀਤਮ ਸਿੰਘ ਸਫੀਰ ਨੇ ਜਿਹੜੇ ਉਹ ਬૌਧਿਕ ਰਸਵਾਦ ਨਾਲ ਜੁੜੇ ਹੋਏ ਹੈਗੇ ਨੇ ਪੂਰਨ ਸਿੰਘ ਦਾ ਸਬੰਧ ਜਿਹੜਾ ਉਹ ਰਸਵਾਦ ਨਾਲ ਉਤਨਾ ਪੱਧਰ ਦਾ ਨਹੀਂ ਹੈਗਾ ਤੋਂ ਇਹਦਾ ਸਬੰਧ ਰਮਾਂਸਵਾਦ ਨਾਲ ਹੈ ਤੋ ਇੱਥੇ ਸਾਡਾ ਆਨਸਰ ਆਏਗਾ ਜਿਹੜਾ ਪ੍ਰੀਤਮ ਸਿੰਘ ਸਫੀਰ ਬੌਧਕਰ ਹਸਵਾਦ ਨਾਲ ਜੁੜੇ ਹੋਏ ਹੈਗੇ ਨੇ ਕਿਸ ਕਵੀ ਨੂੰ ਪੰਜਾਬੀ ਦਾ ਵਰਡਸਵਰਥ ਆਖਿਆ ਜਾਂਦਾ ਹੈ ਸਾਡੇ ਕੋਲੇ ਚਾਰ ਆਪਸ਼ਨਸ ਨੇ ਇੱਥੇ ਵਰਡਸਵਰਥ ਅੰਗਰੇਜ਼ੀ ਦਾ ਬੜਾ ਮਸ਼ਹੂਰ ਕਵੀ ਹੈ ਵਿਲੀਅਮ ਵਰਡਸਵਰਥ ਉਹਦੀ ਕਿਤਾਬ ਉਹਦੇ ਬੜੇ ਮਸ਼ਹੂਰ ਕਵਤਾ ਹੋਈ ਹੈ ਦਾ ਡੈਫੋਡਲਸ ਨਰਗਸੀ ਦੇ ਫੁੱਲ ਤੋਂ ਬੜਾ ਅਮਰ ਕਵੀ ਮੰਨਿਆ ਜਾਂਦਾ ਹੈਗਾ ਅੰਗਰੇਜ਼ੀ ਦਾ ਤੋ ਉਹਦੇ ਸਬੰਧਤ ਕਿਸ ਕਵੀ ਨੂੰ ਕਹਿੰਦੇ ਕਿ ਪੰਜਾਬੀ ਦਾ ਜਿਹੜਾ ਵਰਡਸਵਰਥ ਕਹਿੰਦੇ ਨੇ ਤੋ ਸਾਡੇ ਕੋਲ ਇੱਥੇ ਚਾਰ ਮੂਲ ਜਿਹੜੇ ਹੈਗੇ ਨੇ ਉਹ ਲੇਖਕ ਨੇ ਤੋ ਸਾਡਾ ਆਨਸਰ ਜਿਹੜਾ ਹੈਗਾ ਉਹ ਪ੍ਰੋਫੈਸਰ ਪੂਰਨ ਸਿੰਘ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਦਾ ਵਰਡਸਵਰਥ ਆਖਿਆ ਜਾਂਦਾ ਹੈਗਾ ਪੰਜਾਬੀ ਵਿੱਚ ਅਰਸਤੂ ਦਾ ਕਾਵਿ ਸ਼ਾਸਤਰ ਕਿਸ ਦੀ ਰਚਨਾ ਹੈ ਇਹਦੇ ਵਿੱਚ ਜਿਹੜਾ ਹੈਗਾ ਚਾਰ ਆਪਸ਼ਨ ਨੇ ਪਹਿਲੀ ਗੱਲ ਤੇ ਗੱਲ ਇੱਕ ਕਲੀਅਰ ਇੱਥੇ ਕਰ ਲੈਣੀ ਚਾਹੀਦੀ ਹੈ ਕਿ ਪੰਜਾਬੀ ਵਿੱਚ ਅਰਸਤੂ ਦਾ ਕਾਵਿ ਸ਼ਾਸਤਰ ਜਿਹੜਾ ਹੈਗਾ ਉਹ ਅਨੁਵਾਦ ਹੋਇਆ ਹੈਗਾ ਉਦੀ ਟ੍ਰਾਂਸਲੇਸ਼ਨ ਕੀਤੀ ਹੈ ਦੋ ਬੰਦਿਆਂ ਨੇ ਪਹਿਲੀ ਟ੍ਰਾਂਸਲੇਸ਼ਨ ਉਹਨਦੀ ਪਹਿਲੀ ਵਾਰ ਕੀਤੀ ਹੈ ਡਾਕਟਰ ਹਰਪਜਨ ਸਿੰਘ ਹੋਰਾਂ ਨੇ ਜਿਹੜਾ ਸਾਡੇ ਇੱਥੇ ਆਨਸਰ ਵੀ ਅਸੀਂ ਇੱਥੇ ਦੇਵਾਂਗੇ ਡਾਕਟਰ ਹਰਪਜਨ ਸਿੰਘ ਦੂਜੀ ਵਾਰ ਉਹਦੀ ਜਿਹੜੀ ਦੂਜੀ ਟ੍ਰਾਂਸਲੇਸ਼ਨ ਕਰਦਾ ਉਹ ਡਾਕਟਰ ਗੁਰਚਰਨ ਸਿੰਘ ਅਰਸ਼ੀ ਹੈਗਾ ਤੋਂ ਇਸ ਕਰਕੇ ਜਿਹੜਾ ਹੈਗਾ ਉਹ ਅਰਸਤੂ ਦੇ ਕਾਵਿ ਸ਼ਾਸਤਰ ਦਾ ਪੰਜਾਬੀ ਰੂਪਾਂਤਰਣ ਹੈਗਾ ਜਿਹੜਾ ਡਾਕਟਰ ਹਰਪਜਨ ਸਿੰਘ ਨੇ ਕੀਤਾ ਹੈਗਾ ਭਾਈ ਵੀਰ ਸਿੰਘ ਨੂੰ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਕਿਸ ਤੇ ਮਿਲਿਆ ਇੱਥੇ ਉਹਨਾਂ ਦੀਆਂ ਚਾਰ ਜਿਹੜੀਆਂ ਹੈਗੀਆਂ ਨੇ ਆਪਣੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਰਾਣਾ ਸੂਰਤ ਸਿੰਘ ਤੇ ਮਹਾਕਾਵਤੇ ਮਿਲਿਆ ਜਾਂ ਲਹਿਰਾਂ ਦੇ ਹਾਰ ਜਾਂ ਮਟਕ ਹਲਾਰੇ ਜਾਂ ਮੇਰੇ ਸਾਈਆਂ ਜੀ ਉਹ ਕਵਤਾਵਾਂ ਤੇ ਮਿਲਿਆ ਤਾਂ ਇੱਥੇ ਸਾਡਾ ਆਨਸਰ ਐਸੀ ਇਹਦੇ ਵਿੱਚੋਂ ਜਿਹੜਾ ਹੈਗਾ ਉਹ ਹੈਗਾ ਪਹਿਲਾ ਉਹਨਾਂ ਨੂੰ 1954 ਦੇ ਵਿੱਚ ਮੇਰੇ ਸਾਈਆਂ ਜੀ ਦੇ ਉੱਪਰ ਜਿਹੜਾ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਸੀਗਾ ਨਾਨਕ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਕਿਹੜੇ ਨਾਵਲ ਦੇ ਉੱਤੇ ਉਹਨਾਂ ਨੂੰ ਜਿਹੜਾ ਸੀਗਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਤੋਂ ਸਾਡੇ ਕੋਲ ਇੱਥੇ ਚਾਰ ਆਪਸ਼ਨ ਨੇ। ਸਾਡਾ ਆਨਸਰ ਜਿਹੜਾ ਹੈਗਾ ਉਹ ਹੈਗਾ ਸੀ 1 ਮਿਆਨ ਦੋ ਤਲਵਾਰਾਂ ਦੇ ਉੱਤੇ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀਗਾ। ਬਲਵੰਤ ਗਾਰਗੀ ਨੂੰ ਇਹਨਾਂ ਵਿੱਚੋਂ ਕਿਸ ਤੇ ਜਿਹੜਾ ਸੀਗਾ ਪੁਰਸਕਾਰ ਮਿਲਿਆ? ਤੋਂ ਆਹ ਨਾਟਕ ਹੈਗਾ ਬਲਵੰਤ ਗਾਰਗੀ ਦਾ, ਇਹ ਵੀ ਨਾਟਕ ਹੈਗਾ। ਇਹ ਵੀ ਨਾਟਕ ਹੈਗਾ ਤਿੰਨ ਉਹਨਾਂ ਦੇ ਨਾਟਕ ਨੇ ਪੂਰੇ ਔਰ ਚੌਥੀ ਉਹਨਾਂ ਦੀ ਰੰਗਮંચ ਦੇ ਨਾਲ ਸੰਬੰਧਿਤ ਖੋਜ ਦੀ ਕਿਤਾਬ ਹੈਗੀ ਆ ਇਸ ਕਿਤਾਬ ਦੇ ਉੱਪਰ ਬਲਵੰਤ ਗਾਰ ਗਾਰਗੀ ਨੂੰ ਜਿਹੜਾ ਸੀਗਾ ਉਹ ਭਾਰਤੀ ਸਹਿਤ ਕਾਦਮੀ ਪੁਰਸਕਾਰ ਮਿਲਿਆ ਸੀਗਾ ਰਾਜਕੁਮਾਰੀ ਲਤਕਾ ਕਿਸ ਦੀ ਰਚਨਾ ਹੈ ਹੁਣ ਇੱਥੇ ਸਾਡੇ ਕੋਲੇ ਜਿਹੜੇ ਚਾਰ ਆਪਸ਼ਨਸ ਨੇ ਰਾਜਕੁਮਾਰੀ ਲਤਕਾ ਇੱਕ ਨਾਟਕ ਹੈਗਾ ਜਿਹੜੀ ਕਿ ਪ੍ਰੋਫੈਸਰ ਸੌਰੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਰਚਨਾ ਹੈਗੀ ਆ ਇੱਕ ਨਾਟਕ ਹੈ ਰਾਜਕੁਮਾਰੀ ਲਤਕਾ ਆਧੁਨਿਕ ਯੁੱਗ ਵਿੱਚ ਆਧੁਨਿਕ ਮਨੋਵਿਗਿਆਨ ਦਾ ਪ੍ਰਮੁੱਖ ਚਿੰਤਕ ਹੈ ਇੱਥੇ ਚਾਰ ਆਪਸ਼ਨ ਨੇ Karl Marx ਹੈ Norm Chomsky ਹੈ ਅ ਡਾਕਟਰ ਸਿਗਮੰਟ ਫਰਾਇਡ ਹੈ ਜਾਂ ਯੰਗ ਹੈ ਇੱਥੇ ਸਾਡਾ ਆਨਸਰ ਜਿਹੜਾ ਹੈਗਾ ਉਹ ਆਏਗਾ B ਡਾਕਟਰ ਸਿਗਮੰਟ ਫਰਾਇਡ ਹੈ ਆਧੁਨਿਕ ਯੁੱਗ ਵਿੱਚ ਜਿਹੜਾ ਹੈਗਾ ਮਨੋਵਿਗਿਆਨ ਦਾ ਪ੍ਰਮੁੱਖ ਚਿੰਤਕ ਕਿਹੜਾ ਨਾਟਕ ਜਥਾਰਥਵਾਦੀ ਸ਼੍ਰੇਣੀ ਨਾਲ ਸਬੰਧਤ ਨਹੀਂ ਇਹਦੇ ਵਿੱਚ ਸਾਡੇ ਕੋਲ ਚਾਰ ਆਪਸ਼ਨਸ ਨੇ ਸੁਭਦਰਾ subprocess नाटक ਜਿਹੜਾ ਹੈਗਾ ਉਹ ਆਪਣੇ ਦਾ ਹੈ 아이시 ਨੰਦਾ ਦਾ ਲੋਹਾਕੁੱਟ ਜਾਂ ਕਿੰਗ ਮਿਰਜਾ ਤੇ ਸਪੇਰਾ ਜਾਂ ਫਿਰ ਜਿਉਂਦੀ লাশ ਇਹਦੇ ਵਿੱਚ ਸਾਡੇ ਕੋਲੇ ਚਾਰ ਆਪਸ਼ਨਸ ਨੇ ਸਹੀ ਆਨਸਰ ਸਾਡਾ ਹੈਗਾ ਜੀ ਕਿੰਗ ਮਿਰਜਾ ਤੇ ਸਪੇਰਾ ਇਹ ਥੀਏਟਰ ਆਫ ਐਬਸਰਡ ਦੇ ਨਾਲ ਸੰਬੰਧਿਤ ਹੈ यथार्थवादी ਥੀਏਟਰ ਨਾਲ ਇਹਦਾ ਸੰਬੰਧ ਨਹੀਂ ਹੈਗਾ ਮੜੀ ਦਾ ਦੀਵਾ ਨਾਵਲ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈਗਾ ਜਿਹੜਾ ਮੜੀ ਦਾ ਨਾਵਲ ਹੈਗਾ ਉਹ ਕਿਸ ਸ਼੍ਰੇਣੀ ਦਾ ਨਾਵਲ ਹੈ ਚਾਰ ਆਪਸ਼ਨ ਨੇ ਰਮਾਸ ਵਾਦੀ ਹੈ ਧਾਰਮਿਕ ਹੈ ਆਦਰਸ਼ਵਾਦੀ ਹੈ ਜਾਂ ਯਥਾਰਥਵਾਦੀ ਹੈ ਤਾਂ ਅਸੀਂ ਇਹਦੇ ਵਿੱਚ ਸੀ ਦੇ ਵਿੱਚ ਜਿਹੜਾ ਹੈਗਾ ਲਾਵਾਂਗੇ ਟਿੱਕ ਏ ਯਥਾਰਥਵਾਦੀ ਸ਼੍ਰੇਣੀ ਨਾਲ ਸੰਬੰਧਤ ਹੈ ਇਹਦੇ ਵਿੱਚ ਸਮਾਜ ਦੀ ਯਥਾਰਥ ਪੇਸ਼ਕਾਰੀ ਕੀਤੀ ਗਈ ਹੈ ਇੱਕ ਦਲਿਤ ਸਮਾਜ ਦੀ ਇੱਕ ਬੇਜਮੀਨੇ ਘੱਟ ਜ਼ਮੀਨੇ ਸਮਾਜ ਦੀ ਜਿਹੜੀ ਹੈਗੀ ਹੈ ਲੋਕਾਂ ਦੀ ਜਿਹੜੀ ਹੈਗੀ ਹੈ ਨਸ਼ਿਆਂ ਵਿੱਚ ਗ੍ਰਸਤ ਸਮਾਜ ਦੀ ਕ ਲੇਖਕ ਨੇ ਪੇਸ਼ਕਾਰੀ ਕੀਤੀ ਹੈਗੀ ਆ ਪੰਜਾਬੀ ਵਿੱਚ ਪ੍ਰਯੋਗਵਾਦੀ ਕਵਿਤਾ ਦਾ ਮੋਢੀ ਹੈ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਹੈਗੇ ਨੇ ਉਹ ਚਾਰ ਆਪਸ਼ਨ ਨੇ ਹਰਭਜਨ ਸਿੰਘ ਨੇ ਪੂਰਨ ਸਿੰਘ ਜਾਂ ਮੋਹਨ ਸਿੰਘ ਜਾਂ ਜਸਵੀਰ ਸਿੰਘ ਆਲੂ ਵਾਲੀਆ ਤੋਂ ਸਾਡਾ ਜਿਹੜਾ ਆਨਸਰ ਹੈਗਾ ਜੀ ਉਹ ਡੀ ਹੈਗਾ ਜਸਵੀਰ ਸਿੰਘ ਆਲੂ ਵਾਲੀਆ ਹੈਗਾ ਕਿਹੜੇ ਨਾਟਕਕਾਰ ਨੇ ਆਪਣੇ ਨਾਟਕਾਂ ਵਿੱਚ ਪ੍ਰਯੋਗ ਕੀਤੇ ਇੱਥੇ ਸਾਡੇ ਕੋਲ ਚਾਰ ਆਪਸ਼ਨਸ ਨੇ ਤੋਂ ਇਸ ਦੇ ਵਿੱਚੋਂ ਸਾਡਾ ਆਪਸ਼ਨ ਇਹਦੇ ਚ ਟਿੱਕ ਅਸੀਂ ਪਹਿਲੇ ਤੇ ਲਾਵਾਂਗੇ ਹਰਚਰਨ ਸਿੰਘ ਨੇ ਆਪਣੇ ਨਾਟਕਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਯੋਗ ਕੀਤੇ ਵੱਖ-ਵੱਖ ਤਰ੍ਹਾਂ ਦੇ ਰੰਗਮੰਚ ਨਾਲ ਸੰਬੰਧਿਤ ਪ੍ਰਯੋਗ ਉਹਨਾਂ ਨੇ ਕੀਤੇ ਸੀਗੇ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈਗਾ ਜਿਹੜਾ ਮੌਲਿਕ ਨਾਵਲ ਜਿਹਨੂੰ ਪੰਜਾਬੀ ਦਾ ਮੰਨਿਆ ਜਾਂਦਾ ਹੈਗਾ ਉਹ ਕਿਹੜਾ ਹੈ ਤੋ ਇਹਦੇ ਵਿੱਚ ਜਿਹੜਾ ਹੈਗਾ ਸਹੀ ਆਨਸਰ ਹੈ ਭਾਈ ਵੀਰ ਸਿੰਘ ਦਾ ਸੁੰਦਰੀ ਨਾਵਲ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਹੈ ਇਹਨਾਂ ਵਿੱਚੋਂ ਪ੍ਰਕਿਰਤੀ ਦਾ ਸ਼ਾਇਰ ਕਿਹੜਾ ਕਵੀ ਹੈ ਜਿਹੜਾ ਪ੍ਰਕਿਰਤੀ ਦੀ ਅਭਿਵਿੰਜਨਾ ਕਰਦਾ ਹੈ ਕੁਦਰਤ ਨੂੰ ਨੇਚਰ ਨੂੰ ਜਿਹੜਾ ਚਿੱਤਰਦਾ ਹੈ ਆਪਣੀ ਕਵਤਾ ਦੇ ਵਿੱਚ ਚਾਰ ਆਪਸ਼ਨਸ ਨੇ ਇੱਥੇ ਸਾਡੇ ਕੋਲ ਇੱਥੇ ਸਾਡਾ ਆਨਸਰ ਹੈਗਾ ਜੀ ਏ ਪ੍ਰੈਸਰਪੂਰਨ ਸਿੰਘ ਨੇ ਜਿਹੜੇ ਉਹ ਪ੍ਰਕਿਰਤੀ ਦੇ ਕਵੀ ਨੇ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਦੇਸ਼ ਪਿਆਰ ਭੂ ਹੇਰਵਾ ਦਰਿਆਵਾਂ ਨਾਲ ਪਿਆਰ ਪਹਾੜਾਂ ਨਾਲ ਪਿਆਰ ਆਪਣੀ ਮਾਤ ਭੂਮੀ ਨਾਲ ਪਿਆਰ ਇਹੋ ਜੇ ਵਿਸ਼ੇ ਉਹਨਾਂ ਦੀ ਕਵਿਤਾ ਦੇ ਮੁੱਖ ਵਿਸ਼ੇ ਨੇ ਤੋ ਇਸ ਕਰਕੇ ਪ੍ਰਕਿਰਤੀ ਦਾ ਚਿਤਰਨ ਹੈਗਾ ਜਿਹੜਾ ਉਹ ਪ੍ਰੈਸਰਪੂਰਨ ਸਿੰਘ ਕਰਦੇ ਹੈਗੇ ਨੇ ਸੰਤਰਾਮ ਉਦਾਸੀ ਦੀ ਕਿਸ ਧਾਰਾ ਦਾ ਕਵੀ ਹੈ ਚਾਰ ਆਪਸ਼ਨਸ ਨੇ ਇੱਥੇ ਸਾਡੇ ਕੋਲ ਸਾਡਾ ਸਹੀ ਆਨਸਰ ਹੈ ਜੀ ਜੁਝਾਰਵਾਦੀ ਕਵਤਾ ਨਾਲ ਸੰਤਰਾਮੁਦਾਸੀ ਦਾ ਸਬੰਧ ਹੈਗਾ ਵਾ ਭਾਈ ਵੀਰ ਸਿੰਘ ਕਿਸ ਕਾਵਿ ਧਾਰਾ ਦਾ ਕਵੀ ਹੈ ਇਹਦੇ ਵਿੱਚ ਸਾਡੇ ਕੋਲੇ ਚਾਰ ਆਪਸ਼ਨਸ ਨੇ ਭਾਈ ਵੀਰ ਸਿੰਘ ਜੀ ਰਹਾਸਵਾਦੀਏ ਨੇ ਮੂਲ ਰੂਪ ਦੇ ਵਿੱਚ ਰਹਾਸਵਾਦ ਨਾਲ ਉਹਨਾਂ ਦਾ ਸਬੰਧ ਹੈਗਾ ਰਹਾਸਵਾਦੀ ਕਾਵਿ ਧਾਰਾਾਂ ਦੇ ਨਾਲ ਸਬੰਧ ਰੱਖਦੇ ਨੇ ਕਵਤਾ ਵਿੱਚ ਜ਼ਰੂਰੀ ਹੈ ਕੀ ਚੀਜ਼ ਜ਼ਰੂਰੀ ਹੈ ਕਵਤਾ ਦੇ ਵਿੱਚ ਛੰਦ ਜ਼ਰੂਰੀ ਨੇ ਕਵਿਤਾ ਦੇ ਪੈਰਾਮੀਟਰ ਜ਼ਰੂਰੀ ਨੇ ਜਾਂ ਉਹਦੇ ਵਿੱਚ ਪ੍ਰਤੀਕ ਜ਼ਰੂਰੀ ਨੇ ਜਾਂ ਉਹਦੇ ਵਿੱਚ ਅਲੰਕਾਰ ਜ਼ਰੂਰੀ ਨੇ ਜਾਂ ਫਿਰ ਲੈ ਇੱਕ ਰਵਾਨਗੀ ਹੋਣੀ ਚਾਹੀਦੀ ਹੈ ਤਾਂ ਸਾਡਾ ਸਹੀ ਆਨਸਰ ਆਏਗਾ ਜੀ ਇੱਕ ਲੈ ਹੋਣੀ ਚਾਹੀਦੀ ਕਵਿਤਾ ਵਿੱਚ ਇੱਕ ਰਵਾਨਗੀ ਹੋਣੀ ਚਾਹੀਦੀ ਹੈ ਕਵਿਤਾ ਦੇ ਵਿੱਚ ਅਮਰਤਾ ਪ੍ਰੀਤਮ ਨੂੰ ਜਿਹੜਾ ਸੀਗਾ ਗਿਆਨਪੀਠ ਵਾਰਡ ਕਦੋਂ ਤੇ ਕਿਸ ਵਾਸਤੇ ਮਿਲਿਆ ਸਾਡੇ ਕੋਲੇ ਚਾਰ ਆਪਸ਼ਨਸ ਨੇ ਉਹਨਾਂ ਉਹਦੇ ਤੋ ਸਹੀ ਆਨਸਰ ਆਏਗਾ ਜੀ ਬੀ ਕਾਗਜ਼ ਤੇ ਕੈਨਵਸ 1981 ਦੇ ਵਿੱਚ ਉਹਨੂੰ ਅਵਾਰਡ ਇਹ ਮਿਲਿਆ ਸੀਗਾ ਨੈਕਸਟ ਹੈਗਾ ਤੁਸ਼ਾਲੀ ਦੀ ਹੰਸੋ ਦਾ ਲੇਖਕ ਹੈ ਕੋ ਕਿਹੜਾ ਲੇਖਕ ਹੈਗਾ ਤੁਸ਼ਾਲੀ ਦੀ ਹੰਸੋ ਇਹ ਨਾਵਲ ਹੈ ਇਹਦਾ ਲੇਖਕ ਕੌਣ ਹੈਗਾ ਤੋ ਇਹਦਾ ਜਿਹੜਾ ਆਨਸਰ ਹੈ ਇਹ ਬੀ ਹੈਗਾ ਜਸਵੰਤ ਸਿੰਘ ਕਮਲ ਦਾ ਇਹ ਨਾਵਲ ਹੈਗਾ ਮਹਾਬਲੀ ਦਾ ਰਚੇਤਾ ਕੌਣ ਹੈ ਮਹਾਬਲੀ ਮਹਾਕਾਵ ਹੈ ਇਹ ਐਪਿਕ ਹੈਗਾ ਜਿਹੜਾ ਮਹਾਬਲੀ ਹੈਗਾ ਐਪਿਕ ਹੈ ਔਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਬਾਰੇ ਇਹ ਲਿਖਿਆ ਗਿਆ ਹੈਗਾ ਬਹੁਤ ਵੱਡਾ ਮਹਾਕਾਵ ਹੈ ਤੋ ਇਹਦੇ ਕੋਲੇ ਸਾਡੇ ਕੋਲ ਚਾਰ ਆਪਸ਼ਨਸ ਨੇ ਇਹਦਾ ਜਿਹੜਾ ਲੇਖਕ ਹੈ ਉਹ ਹੈ ਅਵਤਾਰ ਸਿੰਘ ਆਜ਼ਾਦ ਕਿਸ ਲੇਖਕ ਦੀ ਰਚਨਾ ਵਿੱਚ ਮਲਵਈ ਆਂਚ ਲਿਖਤਾ ਨਹੀਂ ਹੈ ਇਹਨਾਂ ਦੇ ਵਿੱਚੋਂ ਭਾਵ ਕੀ ਹੈ ਕਿ ਮਲਵਈ ਉਪਭਾਸ਼ਾ ਦੀ ਵਰਤ ਵਰਤੋਂ ਜਿਹੜੀ ਆ ਉਹ ਕਿਸ ਲੇਖਕ ਆਪਣ ਕਿਸ ਲੇਖਕ ਨੇ ਆਪਣੀਆਂ ਰਚਨਾਵਾਂ ਵਿੱਚ ਨਹੀਂ ਕੀਤੀ ਸਾਡੇ ਕੋਲ 4 ਆਪਸ਼ਨ ਨੇ ਇਹਦਾ ਸਹੀ ਆਨਸਰ ਆਏਗਾ ਜੀ ਡੀ ਸੰਤੋਖ ਸਿੰਘ ਧੀਰ ਹੈਗਾ ਜਿਹੜਾ ਕਿ ਮਲਵਈ ਦੀ ਵਰਤੋਂ ਨਹੀਂ ਕਰਦਾ ਇਹਨਾਂ ਵਿੱਚੋਂ ਪੰਜਾਬੀ ਦਾ ਪਹਿਲਾ ਨਾਵਲ ਕਿਹੜਾ ਹੈ ਜਿਹੜਾ ਪੰਜਾਬੀ ਦਾ ਪਹਿਲਾ ਨਾਵਲ ਜਿਹਨੂੰ ਮੰਨਿਆ ਜਾ ਸਕਦਾ ਇਹਨਾਂ ਵਿੱਚੋਂ ਕਿਹੜਾ ਹੈਗਾ ਜੇ ਤਾਂ ਤੁਸੀਂ ਗੱਲ ਕਰਨਾ ਪੰਜਾਬੀ ਦੇ ਮੌਲਿਕ ਨਾਵਲ ਦੀ ਫਿਰ ਤਾਂ ਆਏਗਾ ਜੀ ਸੁੰਦਰੀ ਜੇ ਉਹ ਪੁੱਛਦਾ ਹੈਗਾ ਕਿ ਪੰਜਾਬੀ ਦਾ ਪਹਿਲਾ ਨਾਵਲ ਕਿਹੜਾ ਹੈਗਾ ਤਾਂ ਫਿਰ ਇੱਥੇ ਆਏਗਾ ਜੀ ਜੋਤਿਰੁਦੈ ਜਿਹੜਾ ਜੋਤਿਰੁਦੈ ਉਹ ਪਹਿਲਾ ਨਾਵਲ ਹੈ ਜੇ ਪੁੱਛਦਾ ਪੰਜਾਬੀ ਦਾ ਮੂਲ ਜਾਂ ਮੌਲਿਕ ਨਾਵਲ ਕਿਹੜਾ ਹੈ ਫਿਰ ਆਏਗਾ ਸੁੰਦਰੀ ਨਾਵਲ ਆਏਗਾ ਭਾਈ ਵੀਰ ਸਿੰਘ ਦਾ ਪੰਜਾਬੀ ਯਥਾਰਥਵਾਦੀ ਨਾਵਲ ਦਾ ਮੋਢੀ ਕੌਣ ਹੈ ਜਿਹੜੇ ਯਥਾਰਥਵਾਦੀ ਨਾਵਲ ਦੀ ਪਿਰਤ ਹੈ ਉਹ ਕਿਸ ਨੇ ਪਾਈ ਹੈ ਤਾਂ ਸਾਡਾ ਆਨਸਰ ਆਏਗਾ ਜੀ ਬੀ ਸੁਰਿੰਦਰ ਸਿੰਘ ਨਰੂਲਾ ਹੈਗਾ ਕਿਹੜੀ ਰਚਨਾ ਜਸਵੰਤ ਸਿੰਘ ਕਮਲਦੀ ਦੀ ਨਹੀਂ ਇਹਨਾਂ ਦੇ ਵਿੱਚੋਂ ਲੋਹੂ ਦੀ ਲੋ ਪੂਰਨਮਾਸ਼ੀ ਰੂਪ ਤਾਰਾ ਜਾਂ ਲੋਕ ਦੁਸ਼ਮਣ ਇੱਥੇ ਆਏਗਾ ਜੀ ਡੀ ਡੀ ਜਿਹੜੀ ਹੈਗੀ ਉਹ ਜਸਵੰਤ ਸਿੰਘ ਕਮਲਦੀ ਰਚਨਾ ਨਹੀਂ ਹੈਗੀ ਇਹਨਾਂ ਵਿੱਚੋਂ ਫਰੈਡਵਾਦ ਦਾ ਪ੍ਰਭਾਵ ਕਿਸ ਲੇਖਕ ਉੱਤੇ ਹੈ ਫਰੈਡਿਜ਼ਮ ਦਾ ਪ੍ਰਭਾਵ ਕਿਹੜੇ ਲੇਖਕ ਨੇ ਕਬੂਲਿਆ ਹੈਗਾ ਤੋਂ ਇੱਥੇ ਸਾਡੇ ਕੋਲ ਚਾਰ ਆਪਸ਼ਨਸ ਨੇ ਇਹਦਾ ਸਾਡਾ ਆਨਸਰ ਆਏਗਾ ਜੀ ਸੀ ਕਰਤਾਰ ਸਿੰਘ ਦੁੱਗਲ ਦੇ ਉੱਪਰ ਜਿਹੜਾ ਹੈਗਾ ਫਰੈਡਵਾਦ ਦਾ ਪ੍ਰਭਾਵ ਪਿਆ ਹੈਗਾ ਸੀ ਆਨਸਰ ਅਸੀਂ ਇਹਦਾ ਦਿਆਂਗੇ ਚੰਦਨਵਾੜ ਇਹਦੇ ਵਿੱਚੋਂ ਚੰਦਨਵਾੜੀ ਦਾ ਲੇਖਕ ਕੌਣ ਹੈ ਸਾਡਾ ਅਗਲਾ ਕੁਐਸਚਨ ਹੈਗਾ ਤੋ ਚਾਰ ਆਪਸ਼ਨਸ ਨੇ ਸਾਡੇ ਕੋਲ ਤੋ ਚੰਦਨਵਾੜੀ ਦਾ ਲੇਖਕ ਜਿਹੜਾ ਹੈਗਾ ਉਹ ਧਨੀਰਾਮ ਛਾਤ੍ਰਿਕ ਹੈਗਾ ਜਿਹੜਾ ਸਹਿਤਕਾਰ ਪੁਸਤਕ ਦਾ ਲੇਖਕ ਕੌਣ ਹੈ ਸਹਿਤਕਾਰ ਪੁਸਤਕ ਦਾ ਜਿਹੜਾ ਲੇਖਕ ਹੈ ਇਹ ਪੰਜਾਬੀ ਸਹਿਤਕਾਰ ਕਿਤਾਬ ਪੂਰਾ ਨਾ ਇਹਦਾ ਪੰਜਾਬੀ ਸਹਿਤਕਾਰ ਤੋ ਇਹ ਹੈਗਾ ਸੰਤ ਸਿੰਘ ਸੇਖੋਂ ਦੀ ਰਚਨਾ ਹੈਗੀ ਆ ਬਰਫ ਦੀ ਅੱਗ ਦਾ ਲੇਖਕ ਕੌਣ ਹੈਗਾ ਪੁਸਤਕ ਦਾ ਲੇਖਕ ਕੌਣ ਹੈ ਤੋਂ ਬਰਫ ਦੀ ਅੱਗ ਜਿਹੜੀ ਹੈਗੀ ਆ ਉਸ ਦਾ ਲੇਖਕ ਹੈਗਾ ਜਸਵੰਤ ਸਿੰਘ ਕਮਲ ਹੈਗਾ ਇੱਥੇ ਪਤਾਲ ਦੀ ਧਰਤੀ ਦਾ ਲੇਖਕ ਇੱਥੇ ਚਾਰ ਆਪਸ਼ਨਸ ਨੇ ਸਾਡੇ ਕੋਲ ਤੋਂ ਇਹ ਸਫਰ ਨਾਮ ਹੈ ਔਰ ਇਸ ਦਾ ਲੇਖਕ ਜਿਹੜਾ ਹੈਗਾ ਉਹ ਬਲਵੰਤ ਗਾਰਗੀ ਹੈਗਾ ਰੂਪਕ ਕੀ ਹੈ ਰੂਪਕ ਕੀ ਚੀਜ਼ ਹੈਗੀ ਆ ਤੋ ਰੂਪਕ ਮੂਰ ਰੂਪ ਦੇ ਵਿੱਚ ਇੱਕ ਭਾਰਤੀ ਕਾਵਿ ਸ਼ਾਸਤਰੀਆਂ ਵੱਲੋਂ ਸਿਰਜਿਆ ਗਿਆ ਇੱਕ ਅਲੰਕਾਰ ਦੀ ਕਿਸਮ ਹੈ ਰੂਪਕ ਇੱਕ ਸ਼ਬਦ ਅਲੰਕਾਰ ਹੈ ਪੰਜਾਬੀ ਦਾ ਪਹਿਲਾ ਨਾਵਲਕਾਰ ਹੈ ਪੰਜਾਬੀ ਦਾ ਪ੍ਰਥਮ ਨਾਵਲਕਾਰ ਹੈ ਉਹ ਹੈਗਾ ਭਾਈ ਵੀਰ ਸਿੰਘ ਹੈਗਾ ਸ਼ਾਹ ਵੇਲਾ ਕਹਾਣੀ ਸੰਗ੍ਰਹਿ ਦਾ ਲੇਖਕ ਹੈ ਇਹ ਹੈਗਾ ਜੀ ਇੱਥੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ਸ਼ਾਹ ਵੇਲਾ ਜੀਣਾ ਵੀ ਇੱਕ ਅਦਾ ਹੈ ਇਹ ਰਚਨਾ ਕਿਸ ਦੀ ਹੈ ਇਹ ਹੈ ਪ੍ਰਭਜੋਤ ਕੌਰ ਦੀ ਕਿਹੜੀ ਰਚਨਾ ਸਫਰਨਾਮਾ ਇਹਨਾਂ ਵਿੱਚੋਂ ਨਾਦਬਿੰਦ ਇੱਕ ਨਾਵਲ ਹੈ ਨਾਨਕਤਾ ਇੱਕ ਨਾਨਕਤਾ ਜਿਹੜਾ ਹੈਗਾ ਇੱਕ ਮੁਕਾਬ ਹੈਗਾ ਮਾੜੀ ਦਾਦੀ ਵੀ ਇੱਕ ਨਾਵਲ ਹੈਗਾ ਔਰ ਧਰਤੀਆਂ ਦੇ ਗੀਤ ਇਹਦੇ ਵਿੱਚੋਂ ਸਫਰਨਾਮਾ ਹੈਗਾ ਇਦੇ ਵਿੱਚ ਅੰਡੇਮਾਨ ਤੇ ਨਿਕੋਬਾਰ ਦੀ ਜਿਹੜੀ ਧਰਤੀ ਨੂੰ ਜਿਹੜਾ ਜਾਂ ਜਿਹੜਾ ਹੈਗਾ ਉਹ ਆਪਣਾ ਬਜਿੰਦਰ ਸਿੰਘ ਹਮਦਰਦ ਨੇ ਚਿਤਰਿਆ ਹੈਗਾ ਪਗ ਡੰਡੀਆਂ ਕੀ ਹੈ ਇਹ ਸਵੈ ਜੀਵਨੀ ਹੈਗੀ ਆ ਇਹਨਾਂ ਵਿੱਚੋਂ ਕਿਸ ਨਾਵਲ ਕਿਸ ਨੂੰ ਪੰਜਾਬੀ ਦਾ ਨਾਵਲ ਦਾ ਪਿਤਾਮਾ ਮੰਨਿਆ ਜਾ ਜਾ ਸਕਦਾ ਹੈਗਾ ਚਾਰ ਆਪਸ਼ਨ ਨੇ ਸਾਡੇ ਕੋਲ ਸਾਂਤ ਸਿੰਘ ਸੇਖੋਂ ਆ ਗੁਰਦਿਆਲ ਸਿੰਘ ਹੈ ਫੁੱਲ ਹੈ ਜਾਂ ਗੁਰਦਿਆਲ ਸਿੰਘ ਜੈਤੋਵਾਲੇ ਨੇ ਜਾਂ ਫਿਰ ਨਾਨਕ ਸਿੰਘ ਹੈ ਸਾਡਾ ਆਨਸਰ ਆਏਗਾ ਜੀ ਨਾਨਕ ਸਿੰਘ ਉਹਨਾਂ ਨੇ ਬਹੁਤ ਸਾਰੇ ਪੰਜਾਬੀ ਦੇ 3 ਦਰਜਨਾਂ ਦੇ ਕਰੀਬ ਨਾਵਲ ਜਿਹੜੇ ਪੰਜਾਬੀ ਚ ਲਿਖੇ ਹੈਗੇ ਨੇ ਪ੍ਰੇਸ਼ਰਪੂਰਨ ਸਿੰਘ ਦੀ ਕਵਿਤਾ ਨੂੰ ਅਹਿਸਾਸਾਂ ਦੀ ਕਵਿਤਾ ਕਿਸ ਨੇ ਕਿਹਾ ਹੈਗਾ ਤੋਂ ਇਹਦਾ ਜਿਹੜਾ ਸਹੀ ਆਨਸਰ ਹੈਗਾ ਸਾਡਾ ਸਾਂਤ ਸਿੰਘ ਸੇਖੋਂ ਨੇ ਕਿਹਾ ਹੈਗਾ ਆਧੁਨਿਕ ਮੌਲਿਕ ਪੰਜਾਬੀ ਦਾ ਨਾਵਲ ਆਧੁਨਿਕ ਮੌਲਿਕ ਪੰਜਾਬੀ ਦਾ ਨਾਵਲ ਦਾ ਪਿਤਾਮਾ ਕਿਹੜਾ ਹੈਗਾ? ਤੋਂ ਇੱਥੇ ਸਾਡਾ ਆਨਸਰ ਆਏਗਾ ਜੀ ਭਾਈ ਵੀਰ ਸਿੰਘ ਹੈਗੇ ਨੇ ਮੌਲਿਕ ਨਾਵਲ ਦੇ ਪਿਤਾਮਾ ਹੈਗੇ ਜਿਹੜੇ। ਡਾਕਟਰ ਮੋਹਨ ਸਿੰਘ ਦਿਵਾਨਾ ਨੇ ਕਿਸ ਕਾਫੀ ਨੂੰ ਕਿਸ ਨੂੰ ਕਾਫੀ ਮੰਨਿਆ ਹੈਗਾ? ਤੋਂ ਮੋਹਨ ਸਿੰਘ ਦਿਵਾਨਾ ਨੇ ਰਾਗਣੀ ਨੂੰ ਕਾਫੀ ਮੰਨਿਆ ਹੈਗਾ। ਨਰੋਲ ਰਾਗਣੀ ਹੈ ਉਹਨਾਂ ਦੇ ਅਨੁਸਾਰ ਜਿਹੜੀ ਕਾਫੀ ਹੈਗੀ ਆ। ਪੰਜਾਬ ਦੀਆਂ 12 ਪੁਸਤਕ ਹੈ। ਇਹਦੇ ਵਿੱਚ ਸਾਡੇ ਕੋਲੇ ਚਾਰ ਆਪਸ਼ਨਸ ਨੇ। ਪੰਜਾਬ ਦੀਆਂ 12 ਦਾ ਕਰਤਾ ਹੈ ਡਾਕਟਰ ਗੰਡਾ ਸਿੰਘ ਉਹਨਾਂ ਦੀ ਕਿਤਾਬ ਹੈਗੀ ਹੈ ਖੋਜ ਦੇ ਨਾਲ ਸੰਬੰਧਤ ਹੈ ਵਾਰਾਂ ਦੇ ਨਾਲ ਛੱਠਿਆਂ ਦੀ ਵਾਰ ਕਿਸ ਨੇ ਲਿਖੀ ਇੱਥੇ ਚਾਰ ਆਪਸ਼ਨਸ ਨੇ ਤੋਂ ਛੱਠਿਆਂ ਦੀ ਵਾਰ ਹੈ ਪੀਰ ਮੁਹੰਮਦ ਨੇ ਜਿਹੜੀ ਲਿਖੀ ਤੋਂ ਨਜਾਬਤ ਖਾਂ ਪਨਾਹ ਮਹਾ ਸਿੰਘ ਔਰ ਜਿਹੜਾ ਹੈਗਾ ਹਸਤਖਾਂ ਛੱਠੇ ਦੇ ਸੰਦਰਭਕਤ ਜਿਹੜਾ ਹੈਗਾ ਉਹਨਾਂ ਦੇ ਵਿਚਕਾਰ ਟੱਕਰ ਨੂੰ ਉਹਦੇ ਵਿੱਚ ਉਹਨੇ ਦਰਸਾਇਆ ਹੈਗਾ ਚੜਤ ਸਿੰਘ ਤੇ ਮਹਾ ਸਿੰਘ ਦੇ ਵਿਚਕਾਰ ਪਿੱਲੂ ਰਚਿਤ ਮਿਰਜਾ ਸਾਹਿਬਾਂ ਦੇ ਕਿੱਸੇ ਦਾ ਸੰਕਲਨ ਕਿਸ ਨੇ ਕੀਤਾ ਇੱਥੇ ਸਾਡੇ ਕੋਲ ਚਾਰ ਆਪਸ਼ਨਸ ਨੇ ਇਹਦਾ ਸਹੀ ਆਨਸਰ ਹੈ ਸਰ ਰਿਚਰਡ ਟੈਂਪਲ ਨੇ ਰਿਚਰਡ ਟੈਂਪਲ ਨੇ ਸੀਗਾ ਇਹਦਾ ਲੈਜੈਂਡ ਆਫ ਪੰਜਾਬ ਦੇ ਵਿੱਚ ਇਹਦਾ ਸੰਕਲਨ ਕੀਤਾ ਸੀਗਾ ਕਾਦਰ ਯਾਰ ਦਾ ਪੂਰਨ ਭਗਤ ਲਿਖਿਆ ਗਿਆ ਹੈਗਾ ਕਿਹੜੇ ਛੰਦ ਦੇ ਵਿੱਚ ਲਿਖਿਆ ਗਿਆ ਜਾਂ ਕਿਸ ਦੇ ਵਿੱਚ ਲਿਖਿਆ ਗਿਆ ਹੈ ਤੋ ਇਹਦਾ ਆਨਸਰ ਹੈਗਾ ਸੀ ਹਰਫੀ ਦੇ ਵਿੱਚ ਕਾਦਰ ਯਾਰ ਦਾ ਪੂਰਨ ਭਗਤ ਸੀ ਹਰਫੀ ਵਿੱਚ ਲਿਖਿਆ ਗਿਆ ਹੈਗਾ ਸੋ ਇਸ ਤਰ੍ਹਾਂ ਅਸੀਂ ਇੱਥੇ 300 ਸਵਾਲ ਜਿਹੜੇ ਹੈਗੇ ਨੇ ਉਹ ਪੰਜਾਬੀ ਹਿਸਟਰੀ ਔਰ ਪੰਜਾਬੀ ਲਿਟਰੇਚਰ ਨਾਲ ਹੱਲ ਕੀਤੇ ਹੈਗੇ ਨੇ ਸਬੰਧਤ ਤੋ ਅਗਲੀ ਜਿਹੜੀ ਕੜੀ ਦੇ ਵਿੱਚ ਅਸੀਂ ਇਸ ਤੋਂ ਅੱਗੇ ਵਿਖਿਆਨ ਕਰਾਂਗੇ ਧੰਨਵਾਦ